ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਮਾਲ ਗੱਡੀਆਂ ਬੰਦ ਕਰਨ ਦੇ ਕਾਰਨ ਸੂਬੇ ਨੂੰ 22,000 ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ। ਲੋਹੇ ਦਾ ਕੱਚਾ ਮਾਲ ਨਾ ਆਉਣ ਨਾਲ ਮਹੀਨੇ 4 ਰੁਪਏ ਪ੍ਰਤੀ ਕਿਲੋ ਕੀਮਤਾਂ ਵੱਧ ਰਹੀਆਂ ਨੇ। ਨਾਲ ਹੀ ਅਰੋੜਾ ਨੇ ਕਿਹਾ ਕਿ ਪੰਜਾਬ ਨਾਲ ਕੇਂਦਰ ਦੀ ਮੋਦੀ ਸਰਕਾਰ ਮਤਰੇਆ ਵਿਵਹਾਰ ਕਰ ਰਹੀ ਹੈ। ਕਿਸਾਨਾਂ ਦੇ ਭਰੋਸੇ ਤੇ ਪੰਜਾਬ ਸਰਕਾਰ ਦੇ ਪੂਰੇ ਸਮਰਥਨ ਦੇ ਬਾਵਜੂਦ ਮਾਲ ਗੱਡੀਆਂ ਨੂੰ ਨਾ ਚਲਾ ਕੇ ਇੰਡਸਟਰੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਵਧੀਆ ਦਿਨ ਹੈ ਬਾਬਾ ਜੀ ਦੇ ਦਿਨ ਤੇ, ਅੱਜ ਮੈਨੂੰ ਮਾਨਯੋਗ ਮੁੱਖ ਮੰਤਰੀ ਨੇ ਮੌਕਾ ਦਿੱਤਾ ਹੈ ਇੱਥੇ ਨਮਨ ਕਰਨ ਦਾ, ਔਰ ਮੈਂ ਸਾਰੀ ਸਮੁੱਚੀ ਕੌਮ ਨੂੰ ਵਧਾਈ ਦਿੱਤੀ ਹੈ ਅੱਜ ਇਸ ਮੌਕੇ ਤੇ, ਔਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ, ਬਾਬਾ ਵਿਸ਼ਵਕਰਮਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਜੋ ਉਹਨਾਂ ਦੇ ਦੱਸੇ ਹੋਏ ਰਸਤੇ ਨੇ, ਜਿੱਦਾਂ ਕਿ ਉਹਨਾਂ ਨੇ ਹਰ ਇੱਕ ਨੂੰ ਕਿਰਤ ਕਰਨ ਦਾ ਮੈਸੇਜ ਦਿੱਤਾ ਸੀ, ਅੱਜ ਬੜੀਆਂ ਬੜੀਆਂ ਬਿਲਡਿੰਗਾਂ, ਬੜੇ ਬੜੇ ਜਿਹੜੇ ਪ੍ਰੋਜੈਕਟ ਬਣੇ ਨੇ, ਉੱਥੇ ਬਾਬਾ ਜੀ ਦੀ ਜਿਹੜੀ ਕਲਾ ਹੈ, ਬਾਬਾ ਜੀ ਦੇ ਜੋ ਬਣਾਏ ਹੋਏ, ਜੋ ਮਤਲਬ ਇਹਨਾਂ ਦੀਆਂ ਇੱਕ ਤਰ੍ਹਾਂ ਕੋਈ ਵੀ ਅੱਜ ਕੋਈ ਬੜੀ ਬੜੀਆਂ ਲਿਫਟਾਂ ਇਹ ਉਹ ਚੱਲ ਰਹੀਆਂ ਨੇ, ਉਹ ਜਿੰਨੇ ਵੀ ਉਹਦੇ 'ਚ ਔਜ਼ਾਰ ਨੇ ਸਾਰਾ ਬਾਬਾ ਜੀ ਦੀ ਦੇਣ ਸੀ, ਇਹਨਾਂ ਨੇ ਸਿਖਾਇਆ ਸੀ। ਅੱਜ ਹਰ ਜਗ੍ਹਾ ਬਾਬਾ ਜੀ ਦਾ ਮਤਲਬ ਨਜ਼ਰ ਆਉਂਦਾ ਹੈ ਕਿ ਇਹਨਾਂ ਦੇ ਦੱਸੇ ਹੋਏ ਮਾਰਗ 'ਤੇ ਜਿਹੜੀ ਸਾਡੀ ਜਿਹੜੀ ਕੌਮ ਹੈ ਜਾਂ ਜਿਹੜੇ ਸਾਡੇ ਲੋਕ ਨੇ, ਅੱਜ ਮੈਂ ਇਹ ਵੀ ਗੱਲ ਕਹੀ ਹੈ ਕਿ ਬਾਬਾ ਵਿਸ਼ਵਕਰਮਾ ਜੀ ਦੇ ਦੱਸੇ ਹੋਏ ਮਾਰਗ 'ਤੇ ਹੁਣ ਤਾਂ ਸਾਰੀ ਦੁਨੀਆ ਚੱਲ ਪਈ, ਇਕੱਲੀ ਰਾਮਗੜੀਆਂ ਦੇ ਨਾਲ ਬਾਬਾ ਵਿਸ਼ਵਕਰਮਾ ਜੀ ਦੇ ਨਾਲ ਸੀਮਤ ਨਹੀਂ, ਹੁਣ ਤਾਂ ਸਾਰੀ ਦੁਨੀਆ ਇਹਨਾਂ ਦੇ ਨਾਲ ਹੈ, ਔਰ ਚੱਲੀ ਹੋਈ ਕਿ ਇਹਨਾਂ ਦੇ ਦੱਸੇ ਹੋਏ ਮਾਰਗ 'ਤੇ ਇਹਨਾਂ ਨੇ ਜੋ ਵੀ ਸ਼ਿਕਸ਼ਾ ਦਿੱਤੀ ਉਹਦੇ 'ਤੇ ਚੱਲ ਰਹੀ ਹੈ। ਸਰ ਅਸੀਂ ਤਾਂ ਬੜੀ ਅਪੀਲ ਕੀਤੀ ਹੈ, ਬਾਰ ਬਾਰ ਅਪੀਲ ਕੀਤੀ ਹੈ ਕਿ ਜਿੰਨੀ ਦੇਰ ਟ੍ਰੇਨ ਨਹੀਂ ਚੱਲਦੀਆਂ ਸਾਡੀ ਇੰਡਸਟਰੀ ਜਿਹੜੀ ਹੈ ਉਹ ਬਿਲਕੁਲ ਬਹਿ ਜਾਏਗੀ, ਸਾਡੀ ਇੰਡਸਟਰੀ ਖੜ੍ਹੀ ਹੋ ਜਾਏਗੀ। ਜਿਹੜੀ ਲਾਸਟ ਵੀਕ ਦੀਆਂ ਮੇਰੇ ਕੋਲ ਫਿਗਰਾਂ ਆਈਆਂ ਸੀ 22,000 ਕਰੋੜ ਰੁਪਏ ਦਾ ਇਕੱਲਾ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਨੁਕਸਾਨ ਹੋਇਆ, ਅੱਜ ਕੋਈ 13,500 ਜਿਹੜਾ ਕੰਟੇਨਰ ਹੈ ਢੰਡਾਰੀ ਕਲਾਂ ਪਿਆ, ਜਿਹੜਾ ਕਿ ਟ੍ਰੇਨ ਨਾ ਚੱਲਣ ਕਰਕੇ। ਮੈਂ ਸੈਂਟਰ ਗੌਰਮੈਂਟ ਨੂੰ ਤੁਹਾਡੇ ਰਾਹੀਂ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਫੈਸਲਾ ਕਰਨ, ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ, ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ, ਉਹਨਾਂ ਨੂੰ ਰਾਜਨੀਤੀ ਤੋਂ ਉੱਪਰ ਆ ਕੇ ਪੰਜਾਬ ਦੇ ਲਈ ਫੈਸਲਾ ਕਰਨਾ ਪਏਗਾ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਗੁੱਡਸ ਟ੍ਰੇਨ ਹੈ ਇਹਨਾਂ ਨੂੰ ਚਲਾ ਦੇਣ, ਸਾਡੀ ਇੰਡਸਟਰੀ ਖੜ੍ਹੀ ਹੋ ਜਾਏਗੀ, ਜਿਹੜੇ ਲੱਖਾਂ ਲੋਕ ਇੰਡਸਟਰੀ 'ਚ ਕੰਮ ਕਰ ਰਹੇ ਨੇ। ਅਗਰ ਇਹ ਸਮਾਨ ਹੀ ਨਾ ਗਿਆ, ਅੱਜ ਹੌਜ਼ਰੀ ਤੁਹਾਡੇ ਸ਼ਹਿਰ 'ਚ ਆਏ ਹਾਂ, ਕਿੰਨੀ ਬਣੀ ਪਈ ਹੈ, ਅਗਰ ਜਿਹੜੀ ਇੰਡਸਟਰੀ ਹੈ ਉਹ ਆਪਣੇ ਬੰਦੇ ਨੂੰ ਤਨਖਾਹ ਕਿੱਥੋਂ ਦੇਗੀ? ਅਗਰ ਸਮਾਨ ਅਲਟਰਨੇਟਰ, ਅਸੀਂ ਤਾਂ ਬੇਨਤੀ ਕਰ ਰਹੇ ਹਾਂ ਬਾਰ ਬਾਰ, ਜੋ ਟ੍ਰੇਨ ਹੈ ਹੀ ਸੈਂਟਰ ਗੌਰਮੈਂਟ ਦੀ ਹੈ, ਸਾਡੀ ਤਾਂ ਹੈ ਨਹੀਂ ਜਿਹੜੀ ਅਸੀਂ ਚਲਾ ਦਈਏ, ਟਰੱਕ ਅਸੀਂ ਟਰੱਕ ਭੇਜ ਰਹੇ ਹਾਂ, ਪਰ ਦੇਖੋ ਸਟੀਲ 4 ਰੁਪਏ ਰੇਟ ਵੱਧ ਗਿਆ, ਕਾਰਨ ਕੀ ਹੈ? ਮੈਂ ਦੱਸਦਾ ਕਾਰਨ ਕੀ, ਡੇਲੀ ਵੱਧ ਰਿਹਾ, 1500 ਰੁਪਏ ਟਨ ਦਾ ਕਿਰਾਇਆ ਉਹਦਾ ਟਰੱਕ ਦਾ, ਪਹਿਲਾਂ ਰੈਕ ਇੱਥੇ ਲੱਗਦੇ ਸੀ, ਹੁਣ ਫਰੀਦਾਬਾਦ ਲੱਗ ਰਹੇ ਨੇ, ਜਦੋਂ ਟਰੱਕ ਲੈਣ ਜਾਂਦਾ 1500 ਰੁਪਏ ਟਨ ਦਾ ਕਿਰਾਇਆ, ਲੋਡਿੰਗ ਅਨਲੋਡਿੰਗ, ਅਸੀਂ ਜਿੱਦਾਂ ਨਾਲ ਸਾਡੇ ਹਿਮਾਚਲ ਲੱਗਦਾ, J&K ਲੱਗਦਾ, ਜਿੰਨੀਆਂ ਵੀ ਨੀਅਰ ਬਾਈ ਸਟੇਟ ਨੇ, ਅਸੀਂ ਉਹਨਾਂ ਨਾਲ ਮੁਕਾਬਲਾ ਕਿੱਦਾਂ ਕਰ ਸਕਦੇ? ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਬਾਰ ਬਾਰ, ਇਹ ਸੈਂਟਰ ਦੇ ਮਹਿਕਮੇ ਨੇ, ਸਟੇਟ ਦੇ ਮਹਿਕਮੇ ਨਹੀਂ ਹੈ, ਅਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਗੁੱਡਸ ਟ੍ਰੇਨ ਚਲਾ ਦਿੱਤੀਆਂ ਜਾਣ, ਔਰ ਜਿੰਨੀਆਂ ਵੀ 31 ਉਹਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਨੇ ਵੀ ਕਿਹਾ ਕਿ ਅਸੀਂ ਰੇਲਵੇ ਟਰੈਕ ਜਿਹੜੇ ਆ ਖਾਲੀ ਕਰ ਦਿੱਤੇ ਨੇ, ਤੁਸੀਂ ਮਾਲ ਗੱਡੀ ਚਲਾ ਸਕਦੇ। ਟ੍ਰੇਨਾਂ ਦੋਨੋਂ ਹੀ ਚਲਾਉਣ ਨੂੰ ਕਹਿ ਰਹੇ ਨੇ, ਉਹ ਕੱਲੀਆਂ ਮਾਲ ਗੱਡੀਆਂ ਚਲਾਉਣ ਨੂੰ ਮਨਾ ਸਰ, ਉਹ ਮੈਂ ਨਾ ਮੰਨੂ ਵਾਲੀ ਗੱਲ ਹੈ ਨਾ, ਅਸੀਂ ਤਾਂ ਇਹ ਕਹਿ ਰਹੇ ਹਾਂ ਨਾ, ਅਸੀਂ ਤਾਂ ਕਹਿੰਦੇ ਹਾਂ ਪਹਿਲਾਂ ਉਹ ਟ੍ਰੇਨ ਚਲਾਓ, ਤੁਸੀਂ ਦੇਖੋ ਪੰਜਾਬ ਸਰਕਾਰ ਨੇ ਇਹਦੀ ਛੋਟੀ ਦਿੱਤੀ ਹੈ ਕਿ ਅਸੀਂ ਤੁਸੀਂ ਟ੍ਰੇਨ ਚਲਾਓ, ਸਾਰੇ ਟਰੈਕ ਖਾਲੀ ਨੇ, ਰੇਲਵੇ ਕੋਲ ਆਪਣੀ ਪੁਲਿਸ ਹੈ, ਪੰਜਾਬ ਪੁਲਿਸ ਹੋਏਗੀ ਕਿ ਪ੍ਰੋਬਲਮ ਕੀ ਹੈ? ਅਸੀਂ ਤਾਂ ਬਾਰ ਬਾਰ ਬੇਨਤੀ ਕਰ ਰਹੇ ਹਾਂ, ਤੁਹਾਡੇ ਰਾਹੀਂ ਵੀ ਬੇਨਤੀ ਕਰ ਰਹੇ ਹਾਂ ਕਿ ਪੰਜਾਬ ਨੂੰ ਉਜੜਨ ਤੋਂ ਬਚਾਇਆ ਜਾਵੇ, ਪੰਜਾਬ ਦੀ ਇੰਡਸਟਰੀ ਨੂੰ ਦੋ। ਅਸੀਂ ਬੜੇ ਪਹਿਲਾਂ ਕਾਲੇ ਦਿਨ ਦੇਖੇ, ਪਹਿਲਾਂ ਲੋਕਡਾਊਨ, ਉਸ ਤੋਂ ਬਾਅਦ ਅਸੀਂ ਲੋਕਡਾਊਨ ਦੇਖਿਆ, ਸਾਡੀ ਇੰਡਸਟਰੀ ਜਿਹੜੀ ਖੜ੍ਹੀ ਹੋ ਗਈ ਸੀ ਅੱਜ ਆਪਣੇ ਪੈਰਾਂ 'ਤੇ ਖੜ੍ਹੀ ਹੋਈ ਹੈ ਦੁਬਾਰਾ, ਅਤੇ ਸਾਨੂੰ ਇਹਨੇ ਟ੍ਰੇਨ ਨੇ ਮਾਰ ਦਿੱਤਾ, ਸਾਰੇ ਪਾਸੇ ਟ੍ਰੇਨ ਚੱਲ ਰਹੀ ਹੈ, ਅੰਬਾਲੇ ਤੱਕ ਟ੍ਰੇਨ ਆ ਰਹੀ ਹੈ ਅਤੇ ਅੱਗੇ ਨਹੀਂ ਆ ਰਹੀ। ਦੋਨੋਂ ਸਰਕਾਰਾਂ ਦੀ ਬਾਜ਼ੀ ਆ ਵੀ ਦੋਨੇ ਸਰਕਾਰਾਂ ਦੀ ਰਾਜ ਨਹੀਂ, ਅਸੀਂ ਤਾਂ ਓਪਨ ਹੈ, ਅਸੀਂ ਤਾਂ ਟਰਾਂਸਪੇਰੈਂਟ ਹੈ। ਰੇਲਵੇ ਮਿਨਿਸਟਰ ਨੂੰ ਬੇਨਤੀ ਕੀਤੀ ਹੈ ਕਿ ਟ੍ਰੇਨ ਚਲਾਓ, ਉਹ ਕਹਿੰਦੇ ਗਰੰਟੀ ਦਿਓ, ਮਾਨਯੋਗ ਮੁੱਖ ਮੰਤਰੀ ਨੇ ਰੇਲਵੇ ਮਿਨਿਸਟਰ ਨਾਲ, ਹੋਮ ਮਿਨਿਸਟਰ ਨਾਲ ਗੱਲ ਕੀਤੀ ਹੈ ਕਿ ਤੁਹਾਡੇ ਕੋਲ ਰੇਲਵੇ ਕੋਲ ਆਪਣੀ ਪੁਲਿਸ ਹੈ, ਸਾਡੀ ਪੰਜਾਬ ਪੁਲਿਸ ਲੱਗੇਗੀ, ਉਹ ਇਸ ਤੋਂ ਜ਼ਿਆਦਾ ਹੋਰ ਕੀ ਹੋ ਸਕਦਾ? ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕਹਿਤਾ ਕਿ ਅਸੀਂ ਟਰੈਕ ਖਾਲੀ ਕਰ ਦਿੱਤੇ ਨੇ, ਫਿਰ ਉਹਨਾਂ ਨੇ ਟਰੈਕ ਖਾਲੀ ਕਰਕੇ ਪਲੇਟਫਾਰਮ 'ਤੇ ਬੈਠ ਗਏ ਨੇ,
ਉਹਨਾਂ ਦੀਆਂ ਵੀ ਦੇਖੋ, ਜੇ ਪੰਜਾਬ ਦਾ ਕਿਸਾਨ ਰੁੱਲ ਗਿਆ ਨਾ ਤੇ ਵਪਾਰ ਨਹੀਂ ਚੱਲੇਗਾ। ਪੰਜਾਬ ਦੇ ਕਿਸਾਨ ਦੀ ਮੰਗ ਜਾਇਜ਼ ਹੈ, ਇਹ ਕਹਿੰਦੇ ਅਸੀਂ MSP ਦੇਵਾਂਗੇ ਤੇ ਉਹਨੂੰ ਸੰਵਿਧਾਨਿਕ ਰਾਈਟ ਦੇ ਦਿਓ। ਦੋ ਸ਼ਬਦ ਆਪਣੇ ਬਿੱਲ 'ਚ ਲਿਖ ਦਿਓ ਕਿ ਅਸੀਂ MSP ਖਤਮ ਨਹੀਂ ਕਰਾਂਗੇ। ਜਵਾਨੀ ਕਹਿਣ ਦਾ ਕੀ ਮਤਲਬ ਹੈ? ਜਿਹਨਾਂ ਦੀ ਨੀਅਤ ਸਾਫ਼ ਹੈ, ਇਹ ਕਹਿੰਦੇ ਕਿ ਅਸੀਂ MSP ਦੇਵਾਂਗੇ ਤਾਂ ਫਿਰ MSP ਨੂੰ ਸੰਵਿਧਾਨਿਕ ਰਾਈਟ ਦੇ ਦੇਣ, ਉਹਦੇ ਬਿੱਲ ਦੇ ਵਿੱਚ ਲੈ ਜਾਣ ਸੰਵਿਧਾਨ। ਉਹਨੂੰ ਹੋਰ ਕਿਸਾਨ ਚਾਹੁੰਦੇ ਕੀ ਨੇ? ਕਿਸਾਨੀ ਜਦੋਂ ਕਿਸਾਨੀ ਫਸਲ ਹੁੰਦੀ ਹੈ ਨਾ, ਸਾਰੇ ਬਾਜ਼ਾਰਾਂ 'ਚ ਰੌਣਕ ਆ ਜਾਂਦੀ ਹੈ। ਇਹ ਇਕੱਲੀ ਕਿਸਾਨੀ ਪੰਜਾਬ ਦਾ, ਦੇਖੋ ਖੇਤੀ ਪ੍ਰਧਾਨ ਸੂਬਾ, ਹੁਣ ਸਾਡੀ ਇੰਡਸਟਰੀ ਆਈ ਹੈ ਅਤੇ ਜਦੋਂ ਇਹ ਇੰਡੀਆ ਦੇ 50% ਲੋਕਾਂ ਦਾ ਪੇਟ ਭਰਦਾ, ਅੱਜ ਸਾਡਾ ਕਿਸਾਨ ਸੜਕਾਂ 'ਤੇ ਬੈਠਾ, ਅੱਜ 1.5 ਮਹੀਨਾ ਹੋ ਗਿਆ, ਇਹ ਕੀ ਰਾਜਨੀਤੀ ਹੋ ਰਹੀ ਹੈ? ਤੁਹਾਡੇ ਵੱਲੋਂ ਕੀ ਅਪੀਲ ਕਰ ਸਕਦੇ? ਜਿਹੜਾ ਸੈਂਟਰ ਦਾ ਡਿਪਾਰਟਮੈਂਟ ਸੂਬੇ ਅੰਦਰ ਜੇਕਰ ਅਜਿਹੀ ਹਾਲਾਤ ਰਹੇ ਤਾਂ ਹੋਰ ਆਰਥਿਕ ਨੁਕਸਾਨ ਹੋਣ ਨਾਲ ਪੰਜਾਬ ਦੀ ਅਰਥ ਵਿਵਸਥਾ ਖਰਾਬ ਹੋ ਸਕਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।